ਦੋਸਤੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਰਿਫਿਊਜੀ ਇਸ਼ੂ ਦੇ ਉੱਤੇ ਜਿਹੜੀਆਂ ਹੈ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀ ਚਰਚਾ ਜਿਹੜੀ ਹੈ ਸੁਣੀ ਹੈ ਇਹ ਜਿਹੜੀਆਂ ਅਸੀਂ ਚਰਚਾ ਜ਼ਿਆਦਾ ਕਰਕੇ ਸੁਣੀ ਹੈ ਉਹ ਸੀਰੀਆ ਦੇ ਰਿਫਿਊਜੀਆਂ ਦੀ ਆਪਾਂ ਜਿਹੜੀ ਹੈ ਚਰਚਾ ਸੁਣ ਰਹੇ ਹੈਗੇ ਹਾਂ ਪਰ ਅੱਜ ਅਸੀਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਰਿਫਿਊਜੀ ਸੀਰੀਆ ਦੇ ਨਹੀਂ ਹੈ ਉਹ ਅਫਗਾਨਿਸਤਾਨ ਦੇ ਨੇ ਹਿੰਦੂ ਅਤੇ ਸਿੱਖ ਜਿਹੜੇ ਉੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਗਏ ਨੇ ਉਹਨਾਂ ਰਿਫਿਊਜੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਇੱਕ ਰਿਫਿਊਜੀ ਹੋਏ ਤਾਂ ਨਹੀਂ ਪਰ ਰਿਫਿਊਜੀਆਂ ਵਾਲੀ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਬਤੀਤ ਕਰ ਰਹੇ ਨੇ ਇਹਦੇ ਬਾਰੇ ਜਿਹੜੇ ਸਾਡੇ ਕੈਲਗਰੀ ਤੋਂ ਸਰਦਾਰ ਮਨਮੀਤ ਸਿੰਘ ਭੁੱਲਰ ਸਾਬਕਾ ਮੰਤਰੀ ਨੇ ਅਲਬਰਟਾ ਸਰਕਾਰ ਦੇ ਉਹ ਇਸ ਕੰਮ ਦੇ ਵਿੱਚ ਬੜੀ ਰੁਚੀ ਲੈ ਰਹੇ ਹੈਗੇ ਨੇ ਬਹੁਤ ਸਾਰੇ ਐਫਰਟਸ ਕਰ ਰਹੇ ਨੇ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਕੋਲ ਜਾਣਕਾਰੀ ਲੈਣੀ ਹੈ ਕਿ ਇਹ ਸਾਰਾ ਜਿਹੜਾ ਹੈਗਾ ਅਫਗਾਨਿਸਤਾਨ ਵਾਲੇ ਹਿੰਦੂ ਔਰ ਸਿੱਖ ਜਿਹੜੇ ਰਿਫਿਊਜੀ ਕੇਸ ਹੈਗੇ ਇਹ ਕੀ ਹੈ ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਸਾਨੂੰ ਪਹਿਲਾਂ ਇਹ ਦੱਸੋ ਕਿ ਜਿਹੜਾ ਤੁਸੀਂ ਇਹ ਇੱਕ ਨਵਾਂ ਮਤਲਬ ਇਸ਼ੂ ਲੈ ਕੇ ਆਇਆ ਪਹਿਲਾਂ ਇੰਨੀ ਜ਼ਿਆਦਾ ਗੱਲ ਕਿਸੇ ਨੇ ਕੀਤੀ ਨਹੀਂ ਇਹ ਤਾਂ ਜ਼ਰੂਰ ਪਤਾ ਲੱਗਦਾ ਕਿ ਉੱਥੇ ਉਹਨਾਂ ਦੀ ਹਾਲਤ ਜਿਹੜੀ ਹੈ ਸਿੱਖ ਜਾਂ ਹਿੰਦੂ ਮਿਨੋਰਟੀ ਵਾਲੇ ਜਿਹੜੇ ਹੈਗੇ ਨੇ ਅਫਗਾਨਿਸਤਾਨ 'ਚ ਵੀ ਮਾੜੀ ਹਾਲਤ 'ਚ ਰਹਿੰਦੇ ਹੈਗੇ ਨੇ ਪਰ ਤੁਸੀਂ ਉੱਥੇ ਜਾ ਕੇ ਆਏ ਹੋ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਹਨਾਂ ਦੇ ਅਸੀਂ ਐਕਚੁਅਲੀ ਅਫਗਾਨਿਸਤਾਨ ਦੀ ਜਿਹੜੀ ਸੰਗਤ ਆ ਮੈਂ ਉਹਨਾਂ ਨਾਲ ਮੇ ਦਾ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਸ਼ੁਰੂ ਕੀਤਾ ਸੋ ਅਸੀਂ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਕਈ ਸ਼ਹਿਰਾਂ ਦੇ ਬੰਦਿਆਂ ਨਾਲ ਉੱਥੇ ਜੇ ਪ੍ਰਬੰਧਕਾਂ ਨਾਲ ਗ੍ਰੰਥੀ ਸਾਹਿਬਾਂ ਨਾਲ ਹੋਰ ਕਮਿਊਨਿਟੀ ਮੈਂਬਰਸ ਨਾਲ ਵਿਚਾਰ ਹੁੰਦੇ ਆ ਐਂਡ ਅਸੀਂ ਫਿਰ ਇੱਕ ਪਲਾਨ ਬਣਾਇਆ ਸੀ ਵੀ ਅਸੀਂ ਜੁਲਾਈ ਜਾਂ ਔਗਸਟ ਵਿੱਚ ਅਸੀਂ ਮਿਲੂੰਗੇ ਸੋ ਅਸੀਂ ਔਗਸਟ ਵਿੱਚ ਮਿਲੇ ਸੀ ਕੁਛ ਦੇਸ਼ਾਂ ਦੇ ਵਿੱਚ ਸਾਡਾ ਟੂਰ ਸੀਗਾ ਐਂਡ ਉਹ ਪਰਿਵਾਰਾਂ ਨਾਲ ਉਸ ਡੈਲੀਗੇਸ਼ਨ ਨਾਲ ਅਸੀਂ ਖੁਦ ਇੰਡੀਆ ਕਾਫੀ ਮੀਟਿੰਗਸ ਕੀਤੀਆਂ ਬਿਕਾਜ਼ ਉੱਥੇ ਅਸੀਂ ਉਹਨਾਂ ਲਈ ਕੋਈ ਨਾ ਕੋਈ ਸਲਿਊਸ਼ਨ ਦੇਖ ਰਹੇ ਹਾਂ ਉਹਨਾਂ ਦਾ ਹਾਲਾਤ ਬਹੁਤ ਖਰਾਬ ਆ ਇਹ 'ਚ ਕੋਈ ਸ਼ੱਕ ਨਹੀਂ ਉਹ ਪਰਿਵਾਰਾਂ ਦਾ ਆਈ ਮੀਨ ਬੜੇ ਐਗਜ਼ਾਮਪਲਸ ਆ ਵੀ ਉਹਨਾਂ ਨਾਲ ਕਿਹੜਾ ਧੱਕਾ ਹੋ ਰਿਹਾ ਫੋਰ ਐਗਜ਼ਾਮਪਲ ਕਈ ਸਟੋਰੀਜ਼ ਆ ਵੀ ਜਦ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਹੋਸਪਿਟਲਸ ਦੇ ਵਿੱਚ ਉਹ ਬਲੱਡ ਨਹੀਂ ਕਈ ਵਾਰੀ ਦਿੰਦੇ ਹਾਂਜੀ ਇਸ ਤਰ੍ਹਾਂ ਦੇ ਹਾਲਾਤ ਆ ਉਹ ਕਹਿ ਦਿੰਦੇ ਆ ਵੀ ਤੁਸੀਂ ਕਿਸੇ ਹੋਰ ਧਰਮ ਦੇ ਆ ਤੁਸੀਂ ਨਹੀਂ ਲੈ ਸਕਦੇ ਹੋਰ ਜੀ ਉਹਨਾਂ ਦੇ ਬੱਚੇ ਹੁਣ ਕਈ ਜਗ੍ਹਾ 7-8 ਸਾਲਾਂ ਤੋਂ ਸਕੂਲ ਨਹੀਂ ਜਾ ਸਕਦੇ ਸੋ ਉਹਨਾਂ ਦੇ ਬੱਚੇ ਸਿਰਫ ਅਤੇ ਸਿਰਫ ਗੁਰਦੁਆਰਾ ਸਾਹਿਬ ਥੋੜ੍ਹੀ ਬਹੁਤੀ ਪੜ੍ਹਾਈ ਲੈਂਦੇ ਆ ਹਿੰਦੂ ਐਂਡ ਸਿੱਖ ਬੱਚੇ ਐਂਡ ਸੋ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਐਜੂਕੇਸ਼ਨ ਉਹਨਾਂ ਨੂੰ ਥੋੜ੍ਹੀ ਬਹੁਤੀ ਮਿਲਦੀ ਆ ਬਾਕੀ ਜੀ ਉਹਨਾਂ ਨੂੰ ਥਰੈਟਸ ਮਿਲਦੀਆਂ ਵਾ ਥਰੈਟਸ ਟੈਲੀਬੈਨ ਅਤੇ ਐਕਸਟ੍ਰੀਮਿਸ ਵੱਲੋਂ ਆਉਂਦੀਆਂ ਵੀ ਤੁਸੀਂ ਇਸਲਾਮ ਕਬੂਲ ਕਰੋ ਆਪਣਾ ਧਰਮ ਛੱਡੋ ਜਾਂ ਸਾਨੂੰ ਜਾਂ ਦੇਸ਼ ਹੀ ਛੱਡ ਦਿਓ ਜਾਂ ਮੌਤ ਨੂੰ ਤੁਸੀਂ ਕਬੂਲ ਕਰੋ ਤਿਆਰ ਹੋ ਜਾਵੇਂ ਮੌਤ ਲਈ ਤੁਸੀਂ ਤਿਆਰ ਹੋ ਜਾਓ ਸੋ ਇਹ ਧਮਕੀਆਂ ਕਾਫੀ ਆ ਰਹੀਆਂ ਇਹਨਾਂ ਨੂੰ ਲਾਸਟ ਇੱਕ ਗਰੁੱਪ ਨੂੰ ਜਿਹੜੀ ਲਿਖਤੀ ਰੂਪ ਦੇ ਵਿੱਚ ਧਮਕੀ ਆਈ ਆ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਤੁਸੀਂ ਸਾਡੇ ਪਹਿਲੇ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਕਿਹਾ ਸੀ ਵੀ ਇਸਲਾਮ ਕਬੂਲ ਕਰ ਲਓ ਜਾਂ ਸਾਨੂੰ ਪੈਸੇ ਦਿਓ ਤੁਸੀਂ ਕੁਛ ਜਵਾਬ ਨਹੀਂ ਦਿੱਤਾ ਕਹਿੰਦੇ ਹੁਣ ਤੁਸੀਂ ਮੌਤ ਲਈ ਤਿਆਰ ਹੋ ਜਾਓ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਇਸ ਤਰ੍ਹਾਂ ਦੇ ਹਾਲਾਤ ਬਣੇ ਆ ਸੋ ਉਹਦੇ ਵਿੱਚ ਇੱਕ ਯੂਨੋ ਐਜ਼ ਆਈ ਸੈਡ ਇੱਕ ਤਾਂ ਡਿਸਕ੍ਰਿਮੀਨੇਸ਼ਨ ਆ ਜਿਹੜੀ ਡਿਸਕ੍ਰਿਮੀਨੇਸ਼ਨ ਬੇਸ 'ਤੇ ਉਹ ਆਪਣਾ ਡੇਲੀ ਕੰਮ ਨਹੀਂ ਚਲਾ ਸਕਦੇ ਸੈਕਿੰਡ ਡਿਸਕ੍ਰਿਮੀਨੇਸ਼ਨ ਆ ਜਿਹੜੀ ਵਾਇਲੈਂਸ ਤੱਕ ਪਹੁੰਚਦੀ ਆ ਇੱਕ ਨੌਜਵਾਨ ਵੀਰ ਨੂੰ 2 ਮਹੀਨੇ ਪਹਿਲਾਂ ਚੱਕ ਕੇ ਲੈ ਗਏ ਸੀ ਐਕਸਟ੍ਰੀਮਿਸਟ ਕੁੱਟਿਆ ਮਾਰਿਆ ਪੱਗ ਲਾ ਕੇ ਵਾਲ ਕੱਟਤੇ ਦਾੜੀ ਕੱਟਤੀ ਐਂਡ ਉਹਨੂੰ ਓਬਵੀਅਸਲੀ ਮਰਡਰ ਕਰਨਾ ਸੀ ਬਟ ਪਰਿਵਾਰ ਨੇ ਕੁਛ ਪੈਸਾ ਇਕੱਠਾ ਕਰਕੇ ਉਹਨ ਰੈਨਸਮ ਨੈਗੋਸ਼ੀਏਸ਼ਨ ਕਰ ਲਈ ਸੀ ਸੋ ਇੱਦਾਂ ਦੇ ਬਹੁਤ ਜ਼ਿਆਦਾ ਐਗਜ਼ਾਮਪਲਸ ਆ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਬਾਹਰ ਸੰਗਰਾਂਦ ਵਾਲੇ ਦਿਨ ਪਿਛਲੇ ਮਹੀਨੇ ਇੱਕ ਬਲਾਸਟ ਹੋਇਆ ਸੀ ਸੋ ਇਹ ਉੱਥੇ ਦੀ ਜਿਹੜੀ ਗੌਰਮੈਂਟ ਹੈਗੀ ਹੈ ਉਹ ਪ੍ਰੋਟੈਕਸ਼ਨ ਕਾਨੂੰਨ ਜਾਂ ਕਿਸ ਤਰ੍ਹਾਂ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਕਰਦਾ ਹੈਗਾ ਸੋ ਕਈ ਜਗ੍ਹਾ ਦੇ ਵਿੱਚ ਗੌਰਮੈਂਟ ਦੀ ਚੱਲਦੀ ਨਹੀਂ ਸੋ ਕੁਛ ਸਟੇਟਸ ਦੇ ਵਿੱਚ ਆਈਸਿਸ ਵੀ ਆ ਗਈ ਆ ਪਰ ਟੈਲੀਬੈਨ ਦਾ ਬਹੁਤ ਹੋਲਡ ਆ ਟੈਲੀਬੈਨ ਦਾ ਐਂਡ ਸੋ ਉਹ ਸਭ ਤੋਂ ਜ਼ਿਆਦਾ ਗੌਰਮੈਂਟ ਵੀ ਡਰਦੀ ਉਹਨਾਂ ਤੋਂ ਗੌਰਮੈਂਟ ਵੀ ਕੋਈ ਸਟੈਪ ਨਹੀਂ ਲੈਂਦੀ ਇਹਨਾਂ ਨੇ ਮੈਨੂੰ ਐਗਜ਼ਾਮਪਲਸ ਦਿੱਤੀਆਂ ਜਿਹੜੇ ਮੇਰੇ ਨਾਲ ਡੈਲੀਗੇਸ਼ਨ ਸੀਗੀ ਉਹਨਾਂ ਕੋਲ ਲਿਖਤੀ ਰੂਪ ਦੇ ਵਿੱਚ ਕੰਪਲੇਂਟਸ ਆ ਜਿਹੜੀਆਂ ਉਹਨਾਂ ਨੇ ਗਵਰਨਮੈਂਟ ਨੂੰ ਦਿੱਤੀਆਂ ਗਵਰਨਮੈਂਟ ਦੀ ਸਟੈਂਪ ਲੱਗੀ ਆ ਵੀ ਆਹ ਦਿਨ ਤੁਹਾਡੀ ਕੰਪਲੇਂਟ ਆਈ ਆ ਕੁਛ ਨਹੀਂ ਹੋਇਆ ਕੋਈ ਨਥਿੰਗ ਵਾਜ਼ ਰਿਜ਼ੋਲਵਡ ਇੱਕ ਗੌਰਮੈਂਟ ਨੇ ਕਈ ਵਾਰੀ ਯੂ ਨੋ ਵੈਸਟ ਨੂੰ ਯੂ ਐੱਸ ਏ ਨੂੰ
ਨੂੰ ਬਾਕੀ ਦੇਸ਼ਾਂ ਨੂੰ ਖੁਸ਼ ਕਰਨ ਲਈ ਉਹਨਾਂ ਨੇ ਕਈ ਵਾਰੀ ਪੋਲਿਸੀਜ਼ ਵੀ ਪਾਸ ਕੀਤੀਆਂ ਵੀ ਆਹ ਫਲਾਨੀ ਜਗ੍ਹਾ ਦੇ ਵਿੱਚ ਅਸੀਂ ਆਹ ਮਾਈਨੋਰਿਟੀ ਨੂੰ ਜਗ੍ਹਾ ਦਿੰਦੇ ਹਾਂ, ਪ੍ਰੋਟੈਕਸ਼ਨ ਦਿੰਦੇ ਹਾਂ, ਰਹੋਗੇ ਇੱਥੇ, ਇਹਨਾਂ ਦਾ ਗੁਰਦੁਆਰਾ ਬਣ ਜਾਵੇ, ਫਿਊਨਰਲ ਕਰਨ ਲਈ ਜਗ੍ਹਾ ਬਣ ਜਾਵੇ, ਕ੍ਰਿਮੀਸ਼ਨ ਗਰਾਊਂਡ। ਉੱਥੇ ਵੀ ਪਰਿਵਾਰ ਦੱਸਦੇ ਆ ਵੀ ਅਸੀਂ ਜਦੋਂ ਉੱਥੇ ਕਹਿੰਦੇ ਅਸੀਂ ਉੱਥੇ ਗਏ ਉਸ ਜਗ੍ਹਾ 'ਚ, ਬਹੁਤ ਦੂਰ ਜਗ੍ਹਾ ਦਿੱਤੀ ਸ਼ਹਿਰ ਤੋਂ, ਕਹਿੰਦੇ ਅਸੀਂ ਉੱਥੇ ਗਏ, ਉੱਥੇ ਟਾਲਬਾਨ ਵਾਲੇ ਕਹਿੰਦੇ ਜਾਓ ਭੱਜੋ, ਇੱਥੇ ਨਹੀਂ ਤੁਹਾਡੀ ਕੋਈ ਜਗ੍ਹਾ। ਅਤੇ ਜਿਹੜਾ ਤੁਸੀਂ ਐਫਰਟਸ ਜਿਹੜੇ ਹੈਗੇ ਕਰ ਰਹੇ ਹੈਗੇ, ਤੁਸੀਂ ਕੀ ਸੋਚਦੇ ਹੈਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਜੰਜਾਲ 'ਚ ਕੱਢਿਆ ਜਾ ਸਕਦਾ ਹੈਗਾ? ਦੇਖੋ ਜੀ, ਮੈਂ ਸਮੂਹ ਸੰਗਤ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਅਫਗਾਨਿਸਤਾਨ ਦੇ ਵਿੱਚ ਕਈ ਜਿਹੜੇ ਮਾਈਨੋਰਿਟੀ ਗਰੁੱਪਸ ਆ ਉਹਨਾਂ ਨੂੰ ਕੈਨੇਡਾ ਸਰਕਾਰ ਨੇ ਪਰਮਿਸ਼ਨ ਦਿੱਤੀ ਸੀ ਸਪੋਂਸਰ ਕਰਨ ਨੂੰ। ਸੋ ਫੋਰ ਐਗਜ਼ਾਮਪਲ, ਕੈਨੇਡਾ ਸਰਕਾਰ ਨੇ ਕਿਹਾ ਸੀ ਵੀ ਤੁਸੀਂ ਜਿਹੜੇ ਧਾਰਮਿਕ ਸੰਸਥਾ ਵਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਸਪੋਂਸਰ ਕਰ ਦਿਉ ਅਫਗਾਨਿਸਤਾਨ 'ਚੋਂ, ਡਾਇਰੈਕਟਲੀ ਉਹ ਆ ਸਕਦੇ ਇੱਥੇ। ਮੈਂ ਹਾਈ ਗੱਲ ਹੁਣ ਚਾਹੁੰਦਾ ਵਾਂ ਵੀ ਆਪਣੇ ਇੱਥੇ ਵੀਰ ਭੈਣ ਜਿਨ੍ਹਾਂ ਨੂੰ ਦਰਦ ਆ, ਉਹ ਇੱਥੇ ਵੀ ਸਰਕਾਰਾਂ ਨੂੰ, ਫੈਡਰਲ ਤੌਰ 'ਤੇ ਸਰਕਾਰਾਂ ਨੂੰ ਬੇਨਤੀ ਕਰਨ ਵੀ ਅਸੀਂ ਵੀ ਜੀ ਇਹਨਾਂ ਨੂੰ ਡਾਇਰੈਕਟਲੀ ਅਫਗਾਨਿਸਤਾਨ 'ਚੋਂ ਸਪੋਂਸਰ ਕਰਨਾ ਚਾਹੁੰਦੇ ਹਾਂ। ਨਹੀਂ, ਇਹ ਪੋਲਿਸੀ ਮਤਲਬ ਕੈਨੇਡਾ ਦੇ ਵਿੱਚ ਹੈਗੀ ਹੈ, ਕੈਨੇਡਾ ਗੌਰਮੈਂਟ ਦੀ ਪੋਲਿਸੀ ਕਿ ਕੋਈ ਧਾਰਮਿਕ ਸੰਸਥਾ ਜਿਹੜੀ ਹੈਗੀ ਉਹਨੂੰ ਸਪੋਂਸਰ ਕਰ ਸਕਦੀ ਹੈ? ਹਾਂਜੀ, ਇਨ ਸ਼ੋਰਟ ਮੈਂ ਤੁਹਾਨੂੰ ਇਨ ਸ਼ੋਰਟ ਦੱਸਦਾ ਵੀ ਇੱਥੇ ਪ੍ਰਾਈਵੇਟ ਰੈਫਿਊਜੀ ਸਪੋਂਸਰਸ਼ਿਪ ਪ੍ਰੋਗਰਾਮ ਆ, ਉਹ ਸਪੋਂਸਰਸ਼ਿਪ ਪ੍ਰੋਗਰਾਮ ਮੁਤਾਬਕ ਤੁਸੀਂ ਕਿਸ ਰਿਫਿਊਜੀ ਨੂੰ ਸਪੋਂਸਰ ਕਰ ਸਕਦੇ ਹਾਂ। ਉਹਦਾ ਅੱਜ ਕੰਡੀਸ਼ਨ ਆ ਵੀ ਉਹ ਰਿਫਿਊਜੀ ਆਪਣਾ ਜਿਹੜਾ ਹੋਮ ਕੰਟਰੀ ਆ, ਸੋ ਇਹ ਜਿਹੜੇ ਅਫਗਾਨੀ ਆ ਇਹ ਅਫਗਾਨਿਸਤਾਨ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਬਹਿਣ, ਫਿਰ ਰਿਫਿਊਜੀ ਮੰਨੂਗੇ ਅਤੇ ਫਿਰ ਅਸੀਂ ਉਹਨਾਂ ਨੂੰ ਸਪੋਂਸਰ ਕਰ ਸਕਦੇ ਹਾਂ। ਹੁਣ ਜਿਹੜੇ ਬਿਲਕੁਲ ਗਰੀਬ ਬੰਦੇ ਆ ਜਿਨ੍ਹਾਂ ਨੂੰ ਵੱਡੇ ਸ਼ਹਿਰ ਤੱਕ ਜਾਂਦਿਆਂ ਨੂੰ ਬੜਾ ਖਤਰਾ ਵਾ, ਬੜਾ ਰਿਸਕ ਆ, ਉਹ ਕਿੱਦਾਂ ਦੂਜੇ ਦੇਸ਼ ਚਲ ਜਾਣ? ਜਿਹੜੇ ਬੰਦਿਆਂ ਨੇ ਪੱਗਾਂ ਬੰਨੀਆਂ, ਦਾੜੀਆਂ ਵਾ, ਉਹ ਤਾਂ ਆਈ ਮੀਨ ਟਾਲਬਾਨ ਨਿਕਲਣਾ ਔਖਾ ਹੈਗਾ। ਐਗਜੈਕਟਲੀ, ਆਪਣੀਆਂ ਭੈਣਾਂ ਹੁਣ ਉੱਥੇ ਸ਼ਹਿਰਾਂ ਦੇ ਵਿੱਚ ਜਿੱਥੇ ਸਾਡੀ ਕੰਮ ਚੱਲ ਰਿਹਾ ਵਾ, ਉਹ ਉਸ ਸ਼ਹਿਰਾਂ ਦੇ ਵਿੱਚ ਆਪਣੀਆਂ ਭੈਣਾਂ ਫੁੱਲ ਹੈਡ ਟੂ ਟੋ ਕਵਰ ਹੋ ਕੇ ਬੁਰਕਾ ਪਾ ਕੇ ਬਾਹਰ ਜਾਂਦੀਆਂ। ਅਤੇ ਤੁਸੀਂ ਮਤਲਬ ਚਾਹੁੰਦੇ ਇਸ ਚੀਜ਼ 'ਚ ਰਿਲੈਕਸੇਸ਼ਨ ਕੈਨੇਡੀਅਨ ਗੌਰਮੈਂਟ ਦੇਵੇ ਕਿ ਵੀ ਇਹ ਨਹੀਂ ਹੈਗਾ ਕਿ ਦੂਸਰੇ ਦੇਸ਼ 'ਚ ਚਲੇ ਜਾਣ, ਰਿਫਿਊਜ਼ੀ ਬਣ ਜਾਣ, ਫਿਰ ਉਹ ਆਪਣੇ ਦੇਸ਼ 'ਚ ਵੀ ਰਿਫਿਊਜ਼ੀ ਹੋ ਸਕਦੇ ਹੈਗੇ? ਇਹ ਸਾਨੂੰ ਪਰਮਿਸ਼ਨ ਮਿਲ ਜਾਵੇ ਵੀ ਇਹਨਾਂ ਨੂੰ ਆਪਾਂ ਡਾਇਰੈਕਟਲੀ ਅਫਗਾਨਿਸਤਾਨ 'ਚੋਂ ਸਪੋਂਸਰ ਕਰ ਲਈਏ। ਅਸੀਂ ਸਰਕਾਰ ਕੋਲੋਂ ਕੋਈ ਪੈਸਾ ਨਹੀਂ ਚਾਹੁੰਦੇ, ਸਰਕਾਰ ਕੋਲੋਂ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਪਰਿਵਾਰ ਇੰਨੇ ਦਲੇਰ ਆ, ਇੰਨੇ ਦਲੇਰ ਕਮਿਊਨਿਟੀ ਆ, ਲੋਕ ਕਹਿ ਰਹੇ ਆ ਵੀ ਅਸੀਂ ਕਰਦੇ ਹਾਂ ਸਪੋਂਸਰ। ਪੰਜ ਪਰਿਵਾਰ ਕੈਨੇਡਾ ਦੇ ਇੱਕ ਪਰਿਵਾਰ ਨੂੰ ਸਪੋਂਸਰ ਕਰ ਸਕਦੇ ਆ, ਸੋ ਪੰਜ ਪਰਿਵਾਰ ਇਕੱਠੇ ਹੋ ਕੇ ਇੱਕ ਪਰਿਵਾਰ ਨੂੰ ਸਪੋਂਸਰ ਕਰ ਸਕਦੇ। ਇਹਦਾ ਖਰਚਾ ਕਿੱਦਾਂ ਕਰਦਾ ਹੈਗਾ ਜੇ ਸਪੋਂਸਰ, ਆਪਾਂ ਜੇ ਆਪਣੇ ਦਰਸ਼ਕਾਂ ਨੂੰ ਆਪਾਂ ਗੱਲ ਸਮਝਾਉਣੀ ਹੋਵੇ ਤਾਂ? ਸੋ ਖਰਚਾ 20-25-30 ਹਜ਼ਾਰ ਆ ਜਾਂਦਾ ਪਰ ਫੈਮਿਲੀ, ਜਿਹੜੀ ਫੈਮਿਲੀ ਨੂੰ ਸਪੋਂਸਰ ਕਰਨਾ। ਬਟ ਇਹ ਖਰਚਾ ਇਸ ਪਰਿਵਾਰਾਂ ਨੂੰ ਇਕੱਲਿਆਂ ਨੂੰ ਨਹੀਂ ਚੱਕਣਾ ਪੈਣਾ, ਆਪਾਂ ਸਾਰੇ ਨਾਲ, ਆਪਾਂ ਸਾਰਿਆਂ ਨੇ ਸਹਿਯੋਗ ਦੇਣਾ। ਸਭ ਤੋਂ ਪਹਿਲਾਂ ਤਾਂ ਪਰਿਵਾਰ ਤਿਆਰ ਹੋਣ, ਨੰਬਰ 2 ਇਹ ਗਵਰਨਮੈਂਟ ਰਿਲੈਕਸੇਸ਼ਨ ਸਾਨੂੰ ਦੇਵੇ। ਇੱਕ ਗੱਲ ਮੈਂ ਪੁੱਛਣੀ ਸੀ ਵੀ ਉਹਨਾਂ ਦੀ ਗਿਣਤੀ ਕਿੰਨੀ ਕੁ ਹੈਗੀ ਹਿੰਦੂ ਸਿੱਖ ਪਰਿਵਾਰਾਂ ਦੀ? ਸੀ ਐਂਡ ਦੈਟਸ ਵਾਈ ਦਿਸ ਪ੍ਰੋਜੈਕਟ ਇਜ਼ ਡੂਬਲ, ਬਿਕੋਜ਼ ਉਹਨਾਂ ਦੀ ਗਿਣਤੀ ਬਾਹਲੀ ਹੈ ਨਹੀਂ, ਉਹਨਾਂ ਦੀ ਗਿਣਤੀ ਇਸ ਵੇਲੇ ਬਾਹਲੀ ਹੈ ਨਹੀਂ। 2500 ਬੰਦੇ ਦਾ ਤੁਸੀਂ ਐਵਰੇਜ ਲਾ ਲਓ ਵੀ 2500 ਬੰਦਾ ਵਾ ਪੂਰਾ ਅਫਗਾਨਿਸਤਾਨ ਦੇ ਵਿੱਚ। ਐਂਡ ਦੇ ਆਰ ਰੈਡੀ ਕਿ ਉਹ ਮਤਲਬ ਇਹ ਚੀਜ਼ ਨੂੰ ਉਹ ਵੀ ਚਾਹੁੰਦੇ ਹੈਗੇ ਨੇ ਕਿ ਸਾਨੂੰ ਇਹ ਜੰਜਾਲ ਦੇ ਵਿੱਚ ਕੱਢਿਆ ਜਾਵੇ। ਹਾਂਜੀ, ਉਹ 2500 ਬੰਦਿਆਂ ਤੋਂ ਕੁਛ ਪਰਿਵਾਰ ਆ, ਕੁਛ ਏਰੀਅਸ ਦੇ ਬੰਦੇ ਆ, ਹੁਣ ਉਹ ਏਰੀਅਸ ਦੇ ਮੈਂ ਨਾਂ ਨਹੀਂ ਮੀਡੀਆ 'ਤੇ ਲੈਣਾ ਬਿਕੋਜ਼ ਉਹਨਾਂ ਦੀ ਸੇਫਟੀ ਲਈ। ਹਾਂਜੀ, ਅਸੀਂ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰਨਾ ਉਹਨਾਂ ਦੀ ਸੇਫਟੀ ਲਈ। ਸੋ ਇਹ ਪਰਿਵਾਰ ਜਿਹੜੇ ਕੁਛ ਏਰੀਅਸ ਦੇ ਵਿੱਚ ਰਹਿੰਦੇ ਆ ਉਹ ਬਿਲਕੁਲ ਤਿਆਰ ਆ ਜਾਣ ਨੂੰ, ਬਿਲਕੁਲ ਤਿਆਰ ਆ। ਸੋ ਅਸੀਂ ਸਾਰੇ 250 ਪਰਿਵਾਰਾਂ ਦਾ ਇਸ ਵੇਲੇ ਨਹੀਂ ਦੇਖ ਰਹੇ, ਅਸੀਂ ਤਾਂ ਵੈਰੀ ਸਮਾਲ ਨੰਬਰਸ 'ਤੇ ਦੇਖ ਰਹੇ ਹਾਂ ਇਸ ਵੇਲੇ, ਜਿਹੜੇ ਜਿੰਨੇ ਕੁ ਵਿਲਿੰਗ ਹੈਗੇ ਆ, ਜਿੰਨੇ ਕੁ ਤਿਆਰ ਹੈ, ਜਿਹਨਾਂ ਨੂੰ ਸਭ ਤੋਂ ਵੱਧ ਖਤਰਾ ਵਾ। ਹਾਂਜੀ, ਜਿਹਨਾਂ ਨੂੰ ਸਭ ਤੋਂ ਵੱਧ ਖਤਰਾ, ਸਭ ਤੋਂ ਪਹਿਲਾਂ ਉਹਨਾਂ ਦੀ ਹੈਲਪ ਕਰੀਏ। ਸੋ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਖਤਰੇ ਦਾ, ਕਈ ਛੋਟੇ ਜਿਹੜੇ ਏਰੀਆਜ਼ ਆ, ਰੂਰਲ ਏਰੀਆਜ਼ ਆ, ਉੱਥੋਂ ਪਰਿਵਾਰ ਛੱਡ ਕੇ ਕਾਬੁਲ ਵੱਡੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਆ ਕੇ ਰਹਿ ਰਹੇ ਆ। ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਬਣੇ ਆ, ਉਹ ਇੱਕ ਕਮਰੇ ਦੇ ਵਿੱਚ ਵੱਡੇ ਵੱਡੇ ਪਰਿਵਾਰ ਰਹਿ ਰਹੇ ਆ, ਪੂਰਾ ਪਰਿਵਾਰ ਇੱਕ ਕਮਰੇ 'ਚ ਰਹਿ ਰਿਹਾ। ਉਹ ਗੁਰਦੁਆਰਾ ਸਾਹਿਬ ਦੀ ਗਰਾਊਂਡਸ ਦੇ ਵਿੱਚ ਹੀ
ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਫਿਊਨਰਲ ਵੀ ਉੱਥੇ ਹੀ ਕਰਦੇ ਆ। ਸੋ ਇਮੈਜਿਨ ਕਰ ਲਓ ਆਪਾਂ ਇੱਥੇ ਮਾਰਟਨਡੇਲ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਦੇ ਬਿਲਕੁਲ ਨਾਲ ਜਦੋਂ ਕ੍ਰੀਮੇਸ਼ਨ ਕਰੀ ਦੀ ਆ ਉਹ ਨਿਸ਼ਾਨ ਸਾਹਿਬ ਦੇ ਬਿਲਕੁਲ ਨਾਲ ਉਹਨਾਂ ਨੂੰ ਕਰਨੀ ਪੈਂਦੀ ਆ ਅਤੇ ਇਮੈਜਿਨ ਕਰੋ ਕਿ ਬਿਲਕੁਲ ਆਲੇ ਦੁਆਲੇ ਸਾਰੇ ਘਰ ਹੋਣ, ਕਮਰੇ ਹੋਣ ਛੋਟੇ ਛੋਟੇ ਜਿਨ੍ਹਾਂ ਦੇ ਵਿੱਚ ਪਰਿਵਾਰ ਰਹਿੰਦੇ। ਇੱਕ ਮੈਂ ਗੱਲ ਪੁੱਛਣਾ ਚਾਹਵਾਂ, ਜੇ ਤੁਸੀਂ ਇਹ ਸਾਰੇ ਐਫਰਟਸ ਲਗਾ ਰਹੇ ਹੋ, ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਸਿਚੁਏਸ਼ਨ ਨੂੰ, ਤੁਸੀਂ ਕਿੰਨੇ ਕੁ ਹੋਪਫੁੱਲ ਹੈਗੇ ਹੋ ਇਸ ਦਾ ਵੀ ਕੋਈ ਨਾ ਕੋਈ ਹੱਲ ਨਿਕਲਿਆ ਹੋਵੇਗਾ? ਮਹਾਰਾਜ ਮੈਂ ਤੁਹਾਨੂੰ ਯੂਨੋ ਆਪਣੀ ਪਰਸਨਲ ਤੌਰ 'ਤੇ ਦੱਸ ਦਿੰਦਾ ਵੀ ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਹੋਇਆ ਵੀ ਜਦੋਂ ਮੈਂ ਕੁਛ ਹੋਰ ਕਮਿਊਨਿਟੀਜ਼ ਨਾਲ ਵਿਚਾਰਾਂ ਕੀਤੀਆਂ ਉਹਨਾਂ ਨੇ ਆਪਣੇ ਬੰਦੇ ਬਹੁਤ ਸਾਲ ਪਹਿਲਾਂ ਬਾਹਰ ਕੱਢ ਦਿੱਤੇ। ਜਦੋਂ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੇ ਕੁਛ ਸਾਲ ਪਹਿਲਾਂ ਹੀ ਆਹ ਐਗਰੀਮੈਂਟਸ ਸਰਕਾਰ ਨਾਲ ਕਰਕੇ ਆਪਣੇ ਬੰਦੇ ਬਾਹਰ ਕੱਢ ਦਿੱਤੇ, ਉਹਨਾਂ ਨੂੰ ਇੱਥੇ ਸੈਟਲ ਕਰ ਦਿੱਤਾ। ਐਂਡ ਸੋ ਮੇਰੀ ਹੁਣ ਸੋਚਣੀ ਆ ਵੀ ਜੇ ਅਸੀਂ ਘੱਟੋ ਘੱਟ ਕੋਸ਼ਿਸ਼ ਨਹੀਂ ਕੀਤੀ ਤੇ ਫਿਰ ਕੋਈ ਫਾਇਦਾ ਨਹੀਂ ਹੈ, ਕੋਸ਼ਿਸ਼ ਤੇ ਕਰੋ ਬਾਕੀ ਰਿਜ਼ਲਟ ਜੋ। ਐਗਜ਼ੈਕਟਲੀ ਐਗਜ਼ੈਕਟਲੀ, ਮੈਨੂੰ ਇਸ ਚੀਜ਼ ਦਾ ਬਹੁਤ ਦਿਲੋਂ ਮਹਿਸੂਸ ਹੁੰਦਾ। ਆਈ ਮੀਨ ਉਹਨਾਂ ਦੀਆਂ ਗੱਲਾਂ ਸੁਣ ਕੇ ਬੰਦਾ ਰੋ ਪੈਂਦਾ। ਆਈਲ ਟੈਲ ਯੂ ਵੈਰੀ ਓਨੈਸਟਲੀ, ਇੱਕ ਜਿਹੜਾ ਸਾਡੇ ਨਾਲ ਸੀਗਾ ਅਫਗਾਨਿਸਤਾਨ ਦੀ ਡੈਲੀਗੇਸ਼ਨ ਦਾ ਮੈਂਬਰ ਸਾਡੇ ਨਾਲ ਦਾ ਸਮਰ, ਉਹਨਾਂ ਉਹਦੇ ਫਾਦਰ ਸਾਹਿਬ ਨੂੰ ਜਿਹੜੇ ਤਰੀਕੇ ਨਾਲ ਉੱਥੇ ਮਾਰਿਆ ਗਿਆ ਵਾ ਉਹ ਗੱਲਾਂ ਸੁਣ ਕੇ ਬੰਦੇ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦਾ। ਆਈ ਮੀਨ ਕੋਈ ਜਿਹੜਾ ਮਰਜ਼ੀ ਬੰਦਾ ਲਿਆ ਉਹ ਜਿੰਨਾ ਮਰਜ਼ੀ ਉਹਦਾ ਦਿਲ ਪੱਕਾ ਹੋਵੇ ਉਹ ਗੱਲਾਂ ਸੁਣ ਕੇ ਯੂ ਕੈਂਟ ਹੈਲਪ ਬਟ ਕਰਾਏ। ਐਂਡ ਸੋ ਇਹ ਹੁਣ ਜੇ ਆਪਾਂ ਕੋਸ਼ਿਸ਼ ਨਹੀਂ ਕੀਤੀ ਫਿਰ ਆਪਾਂ ਵੀ ਫਿਰ ਯੂਨੋ ਕੀ ਕਹਿਣ ਜੋਗੇ ਹਾਂ। ਸੋ ਇਹ ਮੇਰੇ ਵੱਲੋਂ ਤਾਂ ਇੱਕ ਕੋਸ਼ਿਸ਼ ਆ, ਇੱਕ ਅਰਦਾਸ ਹੀ ਆ ਅਤੇ ਇਲੈਕਸ਼ਨ ਯੂਨੋ ਮੈਂ ਜਦ ਪਹਿਲੀ ਵਾਰੀ ਐਡਮਿੰਟਨ ਨੂੰ ਜਾ ਰਿਹਾ ਸੀ ਇਲੈਕਸ਼ਨ ਤੋਂ ਬਾਅਦ ਉਦੋਂ ਦੀ ਇਹ ਗੱਲ ਮੇਰੇ ਮਨ 'ਚ ਪਈ ਵੀ ਯਾਰ ਇੱਦਾਂ ਦੇ ਹੁਣ ਕੁਛ ਕੰਮ ਵੱਲ ਲੱਗੀ ਹੈ ਵੀ ਜਿਹੜਾ ਇੱਥੇ ਆਪਾਂ ਨੂੰ ਪੁਜ਼ੀਸ਼ਨ ਮਿਲਿਆ ਵਾ ਇਹ ਪੁਜ਼ੀਸ਼ਨ ਨਾਲ ਜੇ ਅਸੀਂ ਬਾਹਰ ਜਿਹੜੇ ਆਪਣੇ ਭੈਣ ਭਰਾ ਬੈਠੇ ਆ ਜੇ ਉਹਨਾਂ ਦਾ ਕੋਈ ਭਲਾ ਹੋ ਸਕਦਾ ਇਹ ਪੁਜ਼ੀਸ਼ਨ ਕਰਕੇ ਤਾਂ ਜ਼ਰੂਰ ਕਰੀਏ। ਅਤੇ ਅਸੀਂ ਤੁਹਾਡੇ ਐਪਰੀਸ਼ੀਏਟ ਕਰਦੇ ਹਾਂ, ਸਲਾਹਨਾ ਕਰਦੇ ਹੈਗੇ, ਤੁਸੀਂ ਇਹ ਸਾਰੇ ਐਫਰਟਸ ਕਰ ਰਹੇ, ਸਾਡੀਆਂ ਸ਼ੁਭੇਸ਼ਾਵਾਂ ਵੀ ਤੁਹਾਡੇ ਨਾਲ ਨੇ, ਕਮਿਊਨਿਟੀ ਨੂੰ ਵੀ ਅਸੀਂ ਆਪਣੇ ਵੱਲੋਂ ਵੀ ਜਿਹੜੀ ਹੈ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸਹਿਯੋਗ ਕੀਤਾ ਜਾਵੇ, ਨਾ ਕਿ ਇਸ ਨੂੰ ਕੋਈ ਧੜੇਬੰਦੀ ਦੇ ਵਿੱਚ ਲਿਆ ਜਾਵੇ। ਇਹ ਸਾਂਝਾ ਮੇਰੇ ਖਿਆਲ ਇੱਕ ਤਰ੍ਹਾਂ ਦਾ ਕਾਰਜ ਹੈਗਾ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਨੀ ਹੈ ਜਿਹੜੇ ਕਿ ਗਰੀਬ ਗੁਰਬੇ ਹੈਗੇ ਨੇ ਔਰ ਆਪਣੇ ਜਿਹੜੇ ਸਾਡੇ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਖੂਨ ਹੀ ਹੈ ਸਾਡਾ, ਅਤੇ ਖਾਲਸੇ ਦਾ ਜਿਹੜਾ ਹੈਗਾ ਖੂਨ ਹੈਗਾ ਜਾਂ ਮਤਲਬ ਹਿੰਦੂ ਕੁਛ ਪਰਿਵਾਰ ਹੈਗੇ ਨੇ ਤਾਂ ਉਹਨਾਂ ਦੀ ਅਸੀਂ ਜਿਹੜੀ ਮਦਦ ਕਰੀਏ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੀ। ਥੈਂਕ ਯੂ ਜੀ। ਅਤੇ ਜੇ ਕਿਸੇ ਪਰਿਵਾਰ ਨੇ ਹੋਰ ਕੋਈ ਇਨਫੋਰਮੇਸ਼ਨ ਲੈਣੀ ਆ ਤੁਸੀਂ ਮੇਰੇ ਆਫਿਸ ਫੋਨ ਕਰ ਲਿਓ, ਮੈਂ ਤੁਹਾਨੂੰ ਹੋਰ ਕਈ ਜਿਹੜੇ ਡਿਟੇਲਸ ਅਸੀਂ ਬਾਏ ਮੀਡੀਆ ਨਹੀਂ ਡਿਸਕਸ ਕਰ ਸਕਦੇ ਉਹਨਾਂ ਦੀ ਸੇਫਟੀ ਲਈ, ਪਰਿਵਾਰਾਂ ਦੀ ਸੇਫਟੀ ਲਈ ਉਹ ਮੈਂ ਤੁਹਾਨੂੰ ਦੱਸ ਸਕਦਾ। ਜੇ ਹੋਰ ਕੋਈ ਸੇਵਾ ਕਰਨੀ ਚਾਹੁੰਦੇ ਹਾਂ, ਤੁਸੀਂ ਇਨਵੋਲਵਮੈਂਟ ਲੈਣਾ ਚਾਹੁੰਦੇ ਹਾਂ ਤਾਂ ਪਲੀਜ਼ ਮੇਰੇ ਨਾਲ ਜ਼ਰੂਰ ਕੋਂਟੈਕਟ ਕਰਿਓ। ਪਰ ਇਹਦੇ ਬਾਰੇ ਜਿਹੜੀ ਅਵੇਅਰਨੈਸ ਆ ਹੁਣ ਖਾਸ ਕਰਕੇ ਆਪਣੇ ਜਿਹੜੇ ਭੈਣ ਭਰਾ ਪੂਰੇ ਕੈਨੇਡਾ ਦੇ ਵਿੱਚ ਇਲੈਕਸ਼ਨਾਂ 'ਚ ਖੜ੍ਹੇ ਆ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ ਕਿ ਆਹ ਸਾਡਾ ਪ੍ਰੋਗਰਾਮ ਇੱਕ ਅਪਰੂਵ ਕਰ ਦਿਓ ਵੀ ਅਸੀਂ ਅਫਗਾਨਿਸਤਾਨ ਦੇ ਜਿਹੜੇ ਭੈਣ ਭਰਾ ਬੈਠੇ ਆ ਅਸੀਂ ਉਹਨਾਂ ਨੂੰ ਡਾਇਰੈਕਟਲੀ ਕੈਨੇਡਾ ਤੱਕ ਸਪੋਂਸਰ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।